ਬਲਜੀਤ ਮੇਰਾ ਪਾਰਾ ਨਾ ਗਰਮ ਕਰ, ਮੈਨੂੰ ਚੱਸ ਦੇ ਬਲਜੀਤ। ਤੁਸੀਂ ਵਿਆਹ ਬਾਅਦ ਵਿਆਹ ਨੀ ਇਹਨੂੰ ਮੈਂ ਬੋਲਾਂ ਰਿਹਾ ਕਰਨੀ ਆ ਆਹ ਫੜਨੀ ਸੀ ਕਰਨ ਦੀ ਤੂੰ ਆ ਫੜਲੀ ਸਤ ਚੱਲ ਚੱਲ ਗਿਆ ਮੈਂ ਟਾਈਮ ਹੁੰਦਾ ਮੇਰਾ ਸਤਨਾਮ ਮੈਨੂੰ ਸੱਚ ਸੱਚ ਦੱਸ ਦਿਓ ਕਿਤੇ ਮਾਰ ਕੇ ਨਹਿਰ ਹੋ ਗਏ ਲੈਣ ਦੀ ਚੱਲ ਹਰਾ ਇੱਧਰ ਮੈਨੂੰ ਸੱਚ ਸੱਚ ਦੱਸ ਦੇ ਕਿਤੇ ਮਾਰ ਕੇ ਉਹਨੂੰ ਨਹਿਰ ਚ ਨਹੀਂ ਸੁੱਟਾ ਨਹੀਂ ਓਦਾਂ ਓਦਾਂ ਕਹੀ ਜਾ ਉਹਨੂੰ ਕਹੀ ਜਾ ਭੈਣ ਜੀ ਬਚਾਲੋ ਭੈਣ ਜੀ ਬਚਾਲੋ ਆ ਠੀਕ ਆ ਭੈਣ ਜੀ ਬਚਾਲੋ ਭੈਣ ਜੀ ਬਚਾਲੋ ਮੈਨੂੰ ਬੋਲ ਹੁੰਦਾ ਮੈਂ ਨਹੀਂ ਕੁਛ ਨਹੀਂ ਬੋਲਣਾ ਨਹੀਂ ਭੈਣ ਜੀ ਬਚਾਲੋ ਭੈਣ ਜੀ ਬਚਾਲੋ ਮੈਨੂੰ ਸੱਚ ਸੱਚ ਦੱਸ ਦੇ ਪਿੱਤਰ ਨੇ ਕਿੱਥੇ ਉਹਨੂੰ ਕਿਤੇ ਮਾਰ ਕੇ ਨਹਿਰ ਨੂੰ ਤਾਂ ਸੁੱਟਦਾ ਭੈਣ ਜੀ ਹਾਂਜੀ ਇਹ ਸ਼ੂਟ ਤੋਂ ਹੁਣ ਥੋੜ੍ਹਾ ਜਿਹਾ ਰੈਸਟ ਮਿਲੀ ਹੈ ਇੱਧਰੋਂ ਆਉਣ ਤੋਂ ਪਲੈਨਿੰਗ ਚੱਲਦੀ ਪਈ ਸ਼ੂਟ ਤੋਂ ਹੈਲੋ 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 ਕਰ ਦਿਓ ਪਲੈਨਿੰਗ ਹੋ ਰਹੀ ਜੀ ਸ਼ੂਟ ਕਰਨ ਆਏ ਹਾਂ ਅਤੇ ਇੱਥੇ ਸਾਨੂੰ ਇੱਕ ਚੀਜ਼ ਬਹੁਤ ਵਧੀਆ ਮਿਲ ਗਈ ਅਤੇ ਫਰਮਾਨ ਨੂੰ ਖੇਡ ਲੱਭ ਗਈ ਆ ਅਤੇ ਫਰਮਾਨ ਹੁਣੇ ਬਸ ਕਹਿੰਦੇ ਆ ਵੀ ਹਾਂ ਬਸ ਜੀ ਆ ਜਾਓ ਕਿੱਥੇ ਆ ਪੁੱਤੂ ਕਿੱਥੇ ਆ ਕਿੱਥੇ ਆ ਕਿੱਥੇ ਕਿੱਥੇ ਬਾਹਰ ਆ ਗਿਆ ਪੁੱਤੂ ਆ ਤੈਨੂੰ ਬਾਹਰ ਖਾਣਾ ਆ ਜਾਓ ਬਾਹਰ ਵੀ ਹੈਗੇ ਜੀ ਬਾਹਰ ਵੀ ਹੈਗੇ ਬਾਹਰ ਨਹੀਂ ਗਏ ਉੱਧਰ ਉੱਧਰ ਹੈਗੇ ਇੱਕ ਆਇਆ ਕਿ ਦੋ ਆਇਆ ਦੋਨੋਂ ਉੱਥੇ ਬੜੇ ਆ ਚਾਚੀ ਹੁਣੇ ਰੈਸਟ ਫਰਮਾਉਂਦੇ ਹੋਏ ਕੀ ਬਾਹਰ ਨਵੀਂ ਨਵੀਂ ਲੋਕੇਸ਼ਨ ਤੇ ਨਿਊ ਐਕਸਪੀਰੀਅੰਸ ਬਹੁਤ ਸੋਹਣਾ ਪਿੰਡ ਆ ਕਿੱਥੇ ਓਏ ਓਏ ਕਿੱਥੇ ਆ ਓਏ ਓਏ ਹਾਂ ਕਿੱਥੇ ਜੀ ਉਹਦੇ ਪਿੱਛੇ ਵੇਖੋ ਆ ਇੱਧਰ ਆਓ ਹੈ ਹੀ ਨਹੀਂ ਇੱਥੇ ਗੈਸ ਕਰੋ ਕੀ ਚੀਜ਼ ਹੋ ਸਕਦੀ ਆ ਕਿੱਥੇ ਗਿਆ ਕਿੱਥੇ ਕਿੱਥੇ ਗਿਆ ਕਿੱਥੇ ਗਿਆ ਓਲਾ ਹੈ ਨਹੀਂ ਚਲ ਤੁਹਾਨੂੰ ਦਿਖਾਉਂਦੇ ਕੀ ਫਰਮਾਨ ਨੇ ਆਖਰ ਫੜ ਹੀ ਲਿਆ ਕੀ ਫੜਿਆ ਸੀ ਬੜਾ ਪਿਆਰਾ ਰੈਬਿਟ ਵਾਓ ਹਾਏ ਬੇਬੀ ਕੌਣ ਹੈ ਕੌਣ ਪੁੱਤੂ ਹੈ ਕਹਿੰਦਾ ਪੁੱਤੂ ਹੈ ਹੈਂ ਕੌਣ ਛੱਡ ਮੇਰਾ ਹੈਂਡ ਕੀ ਕਰਨ ਡਿਆ ਕੀ ਕਰਦਾ ਸੀ ਹੈਂ ਆਉਦੀਆ ਇੱਧਰ ਸ਼ੂਟ ਚੱਲਦਾ ਪਿਆ ਇੱਧਰ ਸਲਮਾਨ ਖੇਡਦਾ ਪਿਆ ਨਾਲ ਨਾਲ ਓਏ ਆਪਾਂ ਲੈ ਜਾਈਏ ਘਰ ਨੂੰ ਕਰ ਲੈ ਜੀ ਨਹੀਂ ਖੜਨਾ ਘਰ ਕਿਉਂ ਓਏ ਓਏ ਇੱਥੇ ਹੈਂਡ ਲਾ ਲਓ ਇੱਥੇ ਐਂ ਕਰਕੇ ਹੈਂਡ ਲਾਓ ਐਂ ਕਰਕੇ ਹੈਂਡ ਲਾਓ ਵਾਓ
ਪੁੱਤੂ ਪੁੱਤੂ ਸੌਫਟ ਆ ਹੈ ਲਾ ਲਓ ਐਂ ਕਰਕੇ ਓਏ ਲੱਗ ਗਿਆ ਓਏ ਲੱਗ ਗਿਆ ਫਿਰ ਲਾ ਲਓ ਫਿਰ ਲਾ ਲਓ ਫਿਰ ਲਾ ਲਓ ਫਿਰ ਲਾ ਲਓ ਓਏ ਪਾ ਚੱਲਾ ਹੀ ਫਿਰ ਕਿੱਦਾਂ ਸੋਹਣਾ ਵਾ ਵਾਓ ਵਾਓ ਰੈਡ ਰੈਡ ਆਈਜ਼ ਹਾਂ ਅੱਛਾ ਇੱਧਰ ਇੱਧਰ ਦਾਲ ਵਾਓ ਵਾਓ ਉਹਨੇ ਨਹੀਂ ਪੜਦਾ ਮੈਨੂੰ ਡਰਦੀ ਆ ਉਹ ਖਾਵਾਂ ਇਹਨੂੰ ਦੀਆ ਵੱਲ ਚੱਲਾ ਜੀ ਹੁਣ ਦੀਆ ਵੱਲ ਦੀਆ ਨੀ ਡਰਦੀ ਵਾਹੋ ਭਲਾ ਪਤਾ ਕਰੋ ਪਾਣੀ ਲੈ ਆਈ ਉਹਨੇ ਪਾਣੀ ਨੀ ਪੀਣਾ ਪੁੱਤੂ ਆਹੋ ਦੁੱਧੂ ਕਹਿੰਦਾ ਲਓ ਉਹਨੂੰ ਦੁੱਧੂ ਨੀ ਦੇਣਾ ਉਹਨੂੰ ਉਹ ਦੁੱਧੂ ਨੀ ਪੀਂਦਾ ਉਹ ਡਰਦੀ ਆ ਆਂਟੀ ਫੜ ਕੇ ਰੱਖਿਓ ਆਹ ਤੁਹਾਨੂੰ ਖਾਈਏ ਸ਼ੂਟ ਨਵੀਂ ਲੋਕੇਸ਼ਨ 'ਤੇ ਲੈ ਇੱਧਰ ਸ਼ੂਟ ਚੱਲ ਰਿਹਾ ਬੂਈਆ ਉਹ ਆ ਗਿਆ ਮੁੰਡਾ ਦੁੱਧ ਲੈ ਕੇ ਹਾਂ ਦੀਦੀ ਛੱਡਿਆ ਥੋੜਾ ਜਿਹਾ ਉਹਦੀ ਆਈਜ਼ ਵੇਖੋ ਕਿੰਨੀ ਰੈੱਡ ਲੱਗਣ ਦੀਆਂ ਇਹਨੂੰ ਥੋੜੀ ਡਾਡਾ ਕਰਾਂਗੇ ਮਨ ਕਰ ਲੈ ਜੀ ਕਰ ਲੈ ਜੀ ਹੈ ਬੋਲੋ ਬੋਲੋ ਕੀ ਬੋਲੋ ਬੋਲੋ ਹੈ ਕੋਈ ਚੀਜ਼ ਹੋਵੇ ਬਸ ਪੁੱਤੂ ਚਿੜੀਆਂ ਹੋਣ ਇਹ ਹੋਵੇ ਪੁੱਤੂ ਡੋਗੀ ਹੋਵੇ ਤਾਂ ਵੀ ਆ ਰਹੇ ਇੱਧਰ ਆ ਜਾ ਇੱਧਰ ਆ ਜਾ ਮੰਮਾ ਬਾਹਰ ਪੁੱਤੂ ਕੰਮ ਕਰ ਰਹੀ ਆ ਸੋਹਣਾ ਆਂਟੀ ਵੈਸੇ ਨਾ ਚਿੱਟਾ ਜਿਹਾ ਰੈਡ ਹੈ ਨਹੀਂ ਵਾਈਟ ਵੈਸੇ ਸੋਹਣਾ ਲੱਗਦਾ ਦੂਜੇ ਬਰਾਊਨ ਨਾਲੋਂ ਕੁਛ ਨੀ ਆ ਬਿੱਦੂ ਉਧਰ 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 ਰੋਣ ਵਾਲੇ ਪੂਰੇ ਹਾਲਾਤ ਹੋ ਚੁੱਕੇ ਆ ਪੁੱਤ ਬਚ ਗਿਆ ਬਚ ਗਿਆ
ਪੁੱਤੂ ਵੇਖੀ ਪੁੱਤੂ ਵੇਖੀ ਪੁੱਤੂ ਵੇਖ ਲਈਏ ਆ ਪੁੱਤੂ ਵਾਓ ਆ ਦੇਖੋ ਪੁੱਤੂ ਨਵੇਂ ਆਰਟਿਸਟ ਆਪਾਂ ਮਿਲਾਉਂਦੇ ਹਾਂ ਜੀ ਸਾਡੇ ਨਾਲ ਇਸ ਪਾਰਟ ਦੇ ਵਿੱਚ ਜੁਆਇਨ ਕੀਤਾ ਸਾਡੇ ਪੂਜਾ ਜੀ ਨੇ ਫਿਰ ਨਾਲ ਇਹਨਾਂ ਦੇ ਮੰਮਾ ਨੇ ਆਂਟੀ ਜੀ ਕੀ ਹਾਲ ਚਾਲ ਠੀਕ ਹੋ ਚਲੋ ਬਹੁਤ ਵਧੀਆ ਜੀ ਪਿੱਛੇ ਨਾਲ ਗਾਣਾ ਕਿਹੜਾ ਗਾਣਾ ਸੋ ਤੁਹਾਨੂੰ ਕਿਵੇਂ ਲੱਗਾ ਜੀ ਪਹਿਲੇ ਪਾਰਟ 'ਚ ਕੰਮ ਕਰਕੇ ਬਹੁਤ ਵਧੀਆ ਲੱਗਾ ਸੋ ਤੁਹਾਡੀ ਇੱਕ ਐਕਟਿੰਗ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਹੈ ਵਧੀਆ ਕੰਮ ਕੀਤਾ ਅਤੇ ਇੱਧਰ ਚਾਚਾ ਜਿਹਾ ਵੈਸੇ ਪਟਾਕੇ ਪਾ ਛੱਡੇ ਆ ਪਹਾੜ ਦੇ ਵਿੱਚ ਫੱਕਰ ਬੰਦੇ ਚਲੋ ਵਧੀਆ ਹਮ ਨਹੀਂ ਨਹੀਂ ਕੀ ਕੀ ਡਾਇਲੋਗ ਸੀ ਭਲਾ ਬੋਲਿਓ ਕਿਹੜਾ ਹੈ ਭਲਾ ਕਿਹੜਾ ਡਾਇਲੋਗ ਸੀ ਮੇਰੇ ਲਈ ਪੰਜਾਂ ਤਖਤਾਂ ਦੇ ਦਰਵਾਜ਼ੇ ਖੁੱਲ ਚੁੱਕੇ ਨੇ ਓਏ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਜੀ ਚਲੋ ਜੀ ਥੈਂਕ ਯੂ ਸੋ ਮਚ ਮਿਲਦੇ ਆਪਾਂ ਤੁਹਾਨੂੰ ਜਲਦੀ ਬਾਏ ਬਾਏ ਹਲੋ ਸਰ ਉਠੋ ਚਲੀਏ ਪ੍ਰੋਡਿਊਸਰ ਹਾਂ ਪ੍ਰੋਡਿਊਸਰ ਸਾਹਿਬ ਉਠੋ ਹੈਲੋ ਹਾਂਜੀ ਸਰ ਤੁਸੀਂ ਤਾਂ ਪਟਾਕੇ ਪਾ ਛੱਡਦੇ ਪਹਿਲੇ ਪਾਰਟ 'ਚ ਚਲੋ ਚਲੋ ਬੱਚਾ ਬਾਟੀ ਅਬ ਹਮ ਜਾਏਂਗੇ ਕਿੱਥੇ ਬਾਠੇ ਪੇ ਬਾਠੇ ਪੇ ਪਾਠੇ ਪੇ ਪਾਠੇ ਪੇ ਜਾਏਂਗੇ ਤੁਮਨੇ ਜਾਣਾ ਹੈ ਪਾਠੇ ਪੇ ਦੱਸੋ ਜਾਣਾ ਚੱਲ ਸਾਹਿਬ ਹੈ ਰੁੱਸ ਗਿਆ ਮੁੰਡਾ